ਸਨ ਭਰਾਵੋ ਅੱਜ ਆਪਦੀ ਖੇਤ ਦੇ ਵਿੱਚ ਹੈਪੀ ਸੀਡਰ ਦੇ ਨਾਲ ਬਿਜਾਈ ਸ਼ੁਰੂ ਕਰਨ ਲੱਗੇ ਹਾਂ। ਪਿਛਲੇ ਸਾਲਾਂ ਦੇ ਮੁਕਾਬਲੇ 5-6 ਦਿਨ ਅਗੇਤੀ ਬਿਜਾਈ ਹੋ ਰਹੀ ਹੈ ਮੇਰੇ ਇਸ ਖੇਤ ਦੇ ਵਿੱਚ, ਅਤੇ ਲਾਣ ਨੂੰ ਪਰਾਲੀ ਨੂੰ ਚੰਗੀ ਤਰ੍ਹਾਂ ਖਲਿਆਰਿਆ ਹੋਇਆ, ਪਾਣੀ ਲੱਗਿਆ ਹੋਇਆ ਖੇਤ ਨੂੰ। 18 ਤਰੀਕ ਨੂੰ ਝੋਨਾ ਵੱਢ ਗਿਆ ਸੀਗਾ 10ਵੇਂ ਮਹੀਨੇ ਦੀ, ਅਤੇ ਅੱਜ 1 ਤਰੀਕ ਹੈ 11ਵਾਂ ਮਹੀਨਾ ਨਵੰਬਰ 1, ਅੱਜ ਬਿਜਾਈ ਕਰਨ ਲੱਗਿਆ ਹੈਪੀ ਸੀਡਰ ਦੇ ਨਾਲ 869 ਨੰਬਰ ਵਰਾਇਟੀ BAU ਦੀ। ਅਤੇ ਉਹ ਕਹਿੰਦੇ 45 ਕਿਲੋ ਬੀਜ ਪਾਉਣਾ ਚਾਹੀਦਾ, ਵੀ ਮਤਲਬ ਉਹਦਾ ਵੱਧ ਪੈਂਦਾ ਆਮ ਦੇ ਨਾਲ, ਕਿਉਂਕਿ ਦਾਣਾ ਮੋਟਾ, ਜਿੱਥੇ ਦਾਣਾ ਮੋਟਾ ਹੋ ਜਾਂਦਾ ਉੱਥੇ ਦਾਣਿਆਂ ਦੀ ਗਿਣਤੀ ਘੱਟ ਜਾਂਦੀ ਹੈ, ਜਿੱਥੇ ਦਾਣਾ ਛੋਟਾ ਹੋ ਜਾਂਦਾ ਉੱਥੇ ਦਾਣਿਆਂ ਦੀ ਗਿਣਤੀ ਵੱਧ ਜਾਂਦੀ ਹੁੰਦੀ ਆ। ਅਤੇ ਇਸ ਵਰਾਇਟੀ ਨੂੰ ਅਸੀਂ ਹੈਪੀ ਸੀਡਰ ਦੇ ਵਿੱਚ 55 ਕਿਲੋ ਬੀਜ ਪਾਵਾਂਗੇ, 10 ਕਿਲੋ ਦਾ ਛਿੱਟਾ ਲਾਵਾਂਗੇ ਮੂਹਰਲੇ ਪਾਸੇ। ਹੋਰ ਲੋੜੀਂਦੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਤਿਆਰੀ ਆਪਣੀ ਪਹਿਲਾਂ ਹੋਣੀ ਚਾਹੀਦੀ ਆ। ਕਮੈਂਟਾਂ ਤੋਂ ਪਤਾ ਲੱਗਦਾ, ਇਨਬੋਕਸ ਦੇ ਵਿੱਚ ਆਏ ਹੋਏ ਮੈਸੇਜਾਂ ਤੋਂ ਪਤਾ ਲੱਗਦਾ, ਜਾਂ ਕੋਈ ਫੋਨ ਕਾਲ ਜਾਂ ਵੈਸੇ ਇੱਕ ਫਾਰਮਰ ਮਿਲ ਕੇ ਜਾਂਦੇ ਆ ਤਾਂ ਪਤਾ ਲੱਗ ਜਾਂਦਾ ਵੀ ਆਪਣੀ ਤਿਆਰੀ ਨਹੀਂ ਹੈਗੀ। ਆਪਣੀ ਝੋਨਾ ਬੀਜਣ ਵੇਲੇ, ਲਾਉਣ ਵੇਲੇ, ਪਨੀਰੀ ਲਾਉਣ ਵੇਲੇ ਤਿਆਰੀ ਹੋ ਜਾਂਦੀ ਆ ਵੀ ਕਦੋਂ ਕਿਹਨੇ ਵੱਢਿਆ ਜਾਣਾ, ਅਤੇ ਉਦੋਂ ਬਾਅਦ ਆਪਾਂ ਫਿਰ ਅੱਗ ਲਾਉਣੀ ਆ, ਗੱਠਾਂ ਬਣਾਉਣੀਆਂ, ਜੀਰੋ ਡਿਲ ਚਲਾਉਣੀ ਹੈ, ਰੋਟਾਵੇਟਰ, ਸੁਪਰ ਸੀਡਰ, ਹੈਪੀ ਸੀਡਰ ਕੀ ਚਲਾਉਣਾ ਮੌਕੇ 'ਤੇ, ਕੀ ਕਿਸੇ ਨੂੰ ਕੋਈ ਤਿਆਰੀ ਕਿਸੇ ਦੀ ਮੁਕੰਮਲ ਚੜ੍ਹਦੀ ਹੈ, ਕਿਸੇ ਦੀ ਨਹੀਂ ਚੜ੍ਹਦੀ, ਪ੍ਰੋਬਲਮਾਂ ਆਉਂਦੀਆਂ ਬਹੁਤ ਜ਼ਿਆਦਾ ਆਉਂਦੀਆਂ। ਸਾਡੀ ਪਹਿਲਾਂ ਹੀ ਤਿਆਰੀ ਸੀਗੀ ਵੀ ਜਿੰਨੀ ਮਰਜ਼ੀ ਪਰਾਲੀ ਹੋਵੇ ਆਪਾਂ ਪਰਾਲੀ ਨਾਲ ਖੇਤ 'ਚੋਂ ਬਾਹਰ ਕੱਢਣੀ, ਆਪਾਂ ਖੇਤ 'ਚ ਪਰਾਲੀ ਨੂੰ ਖਲੈਰਾਂਗੇ, ਆਪਾਂ ਗੇਤੀ ਬਜਾਂਦ ਵੀ ਨਹੀਂ ਕਰਨੀ। ਸਾਡੇ ਮੰਨ ਲਓ ਵੀ ਇੱਥੇ ਬਠਿੰਡਾ ਜਿਹੜਾ ਮਾਲਵਾ ਰੀਜਨ ਪੈਂਦਾ, ਬਠਿੰਡੇ ਦੇ ਮਾਨਸਾ, ਬਠਿੰਡਾ, ਸੰਗਰੂਰ ਅਤੇ ਅਬੋਹਰ, ਫਾਜ਼ਿਲਕਾ, ਮੁਕਤਸਰ, ਇੱਧਰਲੀ ਸਾਈਡ ਜਿਹੜੀ ਹੈਗੀ ਆ ਕਿ ਉਹ 1 ਨਵੰਬਰ ਤੋਂ ਬਾਅਦ 15-20 ਨਵੰਬਰ ਤੱਕ ਬਿਜਾਈ ਹੈ ਜਿਹੜੀ, ਉਹ ਵਧੀਆ ਸੂਟੇਬਲ ਝਾੜ ਦੇ ਲਈ ਮੰਨੀ ਗਈ ਆ। ਅਤੇ ਆਪਾਂ ਵੀ ਇਸ ਵਰਾਇਟੀ ਨੂੰ ਜੱਜ ਕਰਨ ਲਈ, ਪਰਖ ਕਰਨ ਲਈ ਪਿਛਲੇ ਸਾਲ ਆਈ ਸੀ, ਇਸ ਵਾਰ ਆਪਾਂ ਇਹਨੂੰ ਲਾ ਰਹੇ ਹੈਗੇ ਹਾਂ। ਕੋਈ ਬਾਹਲਾ ਏਰੀਆ ਨਹੀਂ ਮੈਂ ਲਾ ਰਿਹਾ ਇਹਦਾ, ਇਹਦਾ ਸਿਰਫ ਆਪਾਂ 11 ਕਨਾਲਾਂ ਬਾਣ ਹੀ ਲਾ ਰਹੇ ਹਾਂ, ਬਾਕੀ ਸਾਰਾ ਮੇਰਾ 7 ਕਿੱਲੇ ਬਾਣ ਅੱਜ ਬੀਜਿਆ ਜਾਣਾ ਹੈਗਾ ਸ਼ਾਮ ਤੱਕ। ਅਤੇ ਸਾਡੀ ਪਹਿਲਾਂ ਹੀ ਤਿਆਰੀ ਸੀ ਕਿ ਆਪਾਂ ਹੈਪੀ ਸੀਡਰ ਦੇ ਨਾਲ ਬਿਜਾਈ ਕਰਨੀ ਹੈ। ਪਿਛਲੇ 3 ਸਾਲਾਂ ਦੇ ਵਿੱਚ ਚੰਗੇ ਝਾੜ ਕਣਕ ਦੇ ਮਿਲੇ ਆ, ਚੰਗਾ ਤੂੜੀ ਦਾ ਵੀ ਝਾੜ ਮਿਲਿਆ ਹੈਗਾ। 3 ਟਰਾਲੀਆਂ 'ਤੇ 1 ਤੂੜੀ ਜਾਂਦੀ ਆ, ਅਤੇ ਕੁਛ ਅਸੀਂ ਮਲਚਿੰਗ ਤਰੀਕੇ ਨਾਲ ਵੀ ਲਾਵਾਂਗੇ ਕਣਕ, 14-15 ਕਨਾਲਾਂ ਆਪਾਂ ਜਿਹੜੀਆਂ ਉਹ ਮਲਚਿੰਗ ਤਰੀਕੇ ਦੇ ਨਾਲ ਲਾਵਾਂਗੇ, ਉਹਦੀ ਜਾਣਕਾਰੀ ਪਹਿਲਾਂ ਸਾਂਝੀ ਕੀਤੀ ਹੋਈ ਹੈ। ਇਸ ਵੀਡੀਓ ਜ਼ਰੀਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਾਣ ਦੇ ਵਿੱਚ ਗਿੱਲ ਮੁਕੰਮਲ ਹੋਵੇ ਜੀ, ਗਿੱਲ ਪੂਰੀ ਹੋਵੇ, ਬਾਣ ਦੇ ਵਿੱਚ ਹੱਥ ਲੱਗੇ ਅਤੇ ਹੱਥ ਨੂੰ ਠੰਡਾਪਣ ਮਹਿਸੂਸ ਆਵੇ, ਅਤੇ ਲੱਡੂ ਵੱਟੋ ਤਾਂ ਪੂਰਾ ਸੋਹਣਾ ਲੱਡੂ ਵੱਟਿਆ ਜਾਵੇ ਜਿਵੇਂ ਤੁਹਾਨੂੰ ਮੈਂ ਵੀਡੀਓ 'ਚ ਦਿਖਾ ਰਿਹਾ ਹੈਗਾ। ਅਤੇ ਬੀਜ ਦੇ ਪਾਉਣ ਵਿੱਚ ਕਿਰਸ ਨਹੀਂ ਕਰਨੀ, ਬੀਜ ਗ੍ਰੇਡ ਕੀਤਾ ਹੋਣਾ ਚਾਹੀਦਾ, ਇਹ ਨਹੀਂ ਹੈਗਾ ਕਿ ਬੀਜ ਦੇ ਵਿੱਚ ਟੋਟਾ ਦਾਣਾ, ਘੁੰਡੀ, ਮੋਟਾ, ਮੱਖੀ, ਸਾਰਾ ਕੁਝ ਫਿਰਦਾ ਹੈਗਾ ਅਤੇ ਤੁਸੀਂ 5 ਕਿਲੋ ਬੀਜ ਵੱਧ ਪਾ ਦਿਓ। ਇਹੋ ਜਿਹੀਆਂ ਗਲਤੀਆਂ ਨਾ ਕਰੋ, ਬੀਜ ਨੂੰ ਸੋਧੋ, ਅਸੀਂ ਵੀ ਟ੍ਰਾਈਕੋਡਰਮਾ ਦੇ ਨਾਲ ਬੀਜ ਨੂੰ ਸੋਧਿਆ ਹੋਇਆ ਹੈਗਾ, ਅਤੇ ਕੋਈ ਸਾਨੂੰ ਸੁੰਡੀ ਤੋਂ ਡਰ ਨਹੀਂ ਲੱਗਦਾ ਹੈਗਾ, ਕਿਉਂਕਿ ਪਿਛਲੇ 3 ਸਾਲਾਂ ਦੇ ਵਿੱਚ ਸਾਨੂੰ ਤਾਂ ਸੁੰਡੀ ਦੇਖਣ ਨੂੰ ਮਿਲੀ ਨਹੀਂ ਹੈਗੀ। ਹਾਂ, ਪਿਛਲੇ ਵਾਰ ਕੁਛ ਪਲੌਟ ਦੇ ਵਿੱਚ ਸਾਨੂੰ ਸੁੰਡੀ ਦੇਖਣ ਨੂੰ ਮਿਲੀ, ਅਸੀਂ ਕੋਈ ਟ੍ਰੀਟਮੈਂਟ ਨਹੀਂ ਕੀਤਾ, ਉਹ ਆਪਣੇ ਆਪ ਹੀ ਠੰਡ ਦੇ ਵਿੱਚ ਚਲੀ ਗਈ। ਠੀਕ ਹੈ, ਅਗੇਤੀਆਂ ਬਜਾਈਆਂ ਦੇ ਵਿੱਚ ਜਦੋਂ ਸੁੰਡੀ ਆਉਂਦੀ ਆ, ਉਹ ਭਾਵਾਂ ਤੁਸੀਂ ਖਾਲੀ ਖੇਤ 'ਚ ਬੀਜੋ ਉੱਥੇ ਵੀ ਆਊਗੀ, ਪਲਾਓ ਕਰਕੇ ਬੀਜੋ ਉੱਥੇ ਵੀ ਆਊਗੀ। ਉਹ ਕਣਕ ਦਾ ਪੈਸਟ ਆ ਜਿਹੜਾ ਪਾਕਿਸਤਾਨ ਤੋਂ ਆਪਣੇ ਇੱਧਰ ਸ਼ਿਫਟ ਹੋਇਆ ਹੈਗਾ, ਜਿਹੜੀਆਂ ਝੋਨੇ ਦੀਆਂ ਲੇਟ ਵਾਢੀਆਂ ਕਰਕੇ ਕਈ ਵਾਰ ਜਿਹੜਾ ਹੈਗਾ ਸਟੈਮ ਬੋਰਰ ਗੁਲਾਬੀ ਰੰਗ ਦਾ, ਤਾਂ ਉਹ ਇਹਦੇ ਵਿੱਚ ਸ਼ਿਫਟ ਹੋ ਜਾਂਦਾ, ਆਪਦੀ ਸਟੇਜ ਨੂੰ ਮਲਟੀਪਲਾਈ ਕਰਨ ਵਾਸਤੇ ਇਸ ਫਸਲ ਨੂੰ ਉਹ ਆਧਾਰ ਮੰਨ ਲੈਂਦਾ ਹੈਗਾ, ਤਾਂ ਉਹ ਤੋਂ ਨਹੀਂ ਘਬਰਾਉਣਾ ਹੈਗਾ। ਹਾਂ, ਉਹਨੂੰ ਤੁਸੀਂ ਬੀਜ ਨੂੰ ਸੋਧ ਸਕਦੇ ਹੋ, ਬੀਜ ਨੂੰ ਅਕਟਾਰਾ ਲਾ ਸਕਦੇ ਹੋ, ਲਿਕੁਇਡ ਅਕਟਾਰਾ ਜਿਹੜਾ 3 ml ਪ੍ਰਤੀ ਕੇਜੀ ਲੱਗਦਾ ਹੈਗਾ ਅਗਰ ਕੈਮੀਕਲ ਵਾਲੀ ਸਾਈਡ ਤੋਂ ਜਾ ਰਹੇ ਹੈਗੇ ਹੋ, ਅਤੇ ਨਹੀਂ ਤੁਸੀਂ ਫਿਰ ਬੀਜ ਨੂੰ ਕਲੋਰੋ ਵਗੈਰਾ ਵੀ ਲਾ ਸਕਦੇ ਹੋ, ਉਹਨਾਂ ਦੇ ਹੱਕ 'ਚ ਨਹੀਂ ਹੈਗੇ, ਆਪਾਂ ਕਲੋਰੋ ਨੂੰ ਕਦੇ ਵੀ ਜ਼ਮੀਨ 'ਚ ਪਾਉਣ ਦੇ ਹੱਕ 'ਚ ਨਹੀਂ ਹੈਗੇ, ਕਿਉਂਕਿ ਉਹ ਰੈੱਡ ਲੈਵਲ ਦੀ ਇੱਕ ਹੈਗੀ ਆ ਇਨਸੈਕਟੀਸਾਈਡ ਆ। ਅਤੇ ਬੀਜ ਦੀ ਮਾਤਰਾ ਇਹਦੇ ਵਿੱਚ ਬੜਾ ਰੋਲ ਅਦਾ ਕਰਦੀ ਆ। ਜਿਹੜੇ ਵੀਰ ਕਹਿੰਦੇ ਸਾਡੇ ਹੈਪੀ ਸੀਡਰ ਨਾਲ ਝਾੜ ਨਹੀਂ ਆਉਂਦੇ ਹੈਗੇ, ਉਹਨਾਂ ਦਾ ਮੇਨ ਕਾਰਨ ਇਹ ਹੁੰਦਾ ਕਿ ਪਹਿਲੀ ਗੱਲ ਤਾਂ ਉਹ ਮਲਚਰ ਕਰਾ ਦਿੰਦੇ ਆ, ਜਾਂ ਉਹ ਟੋਕਾ ਫਰਾ ਦਿੰਦੇ ਆ, ਰੀਪਰ ਫਰਾ ਦਿੰਦੇ ਆ, ਕਰਚਿਆਂ ਨੂੰ ਸਾਰਿਆਂ ਨੂੰ ਥੱਲੇ ਸਿੱਟ ਲੈਂਦੇ ਆ, ਅਤੇ ਉਹ ਹੈਪੀ ਸੀਡਰ ਦੇ ਮੂਹਰੇ ਲੋਡ ਬਹੁਤ ਲੈਂਦੇ ਆ। ਫਿਰ ਉਹਨਾਂ ਦੀ ਜਿਹੜੀ ਸੋਇਲ ਦੇ ਉੱਪਰ ਮਲਚਿੰਗ ਹੁੰਦੀ ਆ ਉਹ ਥੋੜ੍ਹੀ ਓਵਰ ਹੋ ਜਾਂਦੀ ਆ, ਉਹਦੇ ਨਾਲ ਕੀ ਆ ਕਿ ਪਲਾਂਟ ਨੂੰ ਸਟ੍ਰੈਸ ਆਉਂਦਾ, ਜਿਹੜੀ ਕਣਕ ਦਾ ਬੂਟਾ ਹੈਗਾ ਉਹਨੇ ਲੋੜ ਮੁਤਾਬਕ ਤਣੇ ਨਹੀਂ ਮਾਰਨੇ ਹੈਗੇ, ਲੋੜ ਮੁਤਾਬਕ ਉਹਨੇ ਜ਼ਿਆਦਾ ਟਿੱਲਰ ਨਹੀਂ ਬਣਾਉਣੇ, ਨੰਬਰ ਆਫ ਟਿੱਲਰ ਪਲਾਂਟ ਪਾਪੂਲੇਸ਼ਨ ਦੀ ਪ੍ਰੋਬਲਮ ਆਉਂਦੀ ਹੈਗੀ ਆ। ਜਦੋਂ ਆਪਾਂ ਛਿੱਟਾ ਦੇ ਲੈਂਦੇ ਹੈਗੇ ਖੜ੍ਹੇ ਕਰਚਿਆਂ ਦੇ ਵਿੱਚ ਬਿਜਾਈ ਕਰਦੇ ਹਾਂ, ਤਾਂ ਜਿਹੜੇ ਖੜ੍ਹੇ ਕਰਚੇ, ਇੱਕ ਖੜ੍ਹਾ ਕਰਚਾ ਜਿਹੜਾ ਉਹ 2x2 ਇੰਚ ਦੇ ਵਿੱਚ ਖੜ੍ਹਾ ਗਾ, ਤਾਂ ਜੇਕਰ ਉਹਨੂੰ ਲੰਮਾ ਪਾਈਏ, ਕੁਤਰ ਕੇ ਥੱਲੇ ਸਿੱਟ ਗਏ ਆਪਾਂ, ਤਾਂ ਉਹਨੇ 5-6 ਇੰਚ ਸਕੇਅਰ ਇੰਚ ਜਗ੍ਹਾ ਘੇਰ ਲੈਣੀ ਹੈਗੀ, ਜਿਹੜੀ ਕਿ ਬਹੁਤ ਜ਼ਿਆਦਾ ਆ।
ते आपां नूं आउण वाले दिनां दे विच वी इहदे उगण तों बाद मैं तुहानूं इहदियां डिटेल्स दिंदा रहांगा। पहलां वी आपां हैप्पी सीडर ते काफ़ी ज़्यादा वीडियो पाउंदे रहिंदे आ, पर जिन्हां वीरां ने आपदे खेत च तजर्बा कर लिया हैप्पी सीडर नाल बीजण दे चाहवान हैगे आ, उह दो तिन्न गल्लां दा ख्याल रखो कि बीज नूं सोधना, बीज नूं ग्रेड कराउणा, ते बीज 55 किलो दी बिजाई करनी, 55 किलो ही DAP पै जाए कोई चक्कर नहीं, ते 10 किलो बीज दा छिट्टा लाउणा। गिल पूरी होवे ते मुकम्मल होवे, बाण लेवल होवे, इह नहीं हैगा बाण बहुत ज़्यादा उच्चा नीचा घारे पैंदे आ, खुब्भिया होया ਤੁਹਾਡੀਆਂ ਮਸ਼ੀਨਾਂ ਜਾਂ ਟਰੈਕਟਰ ਦੇ ਟਰਾਲੀਆਂ ਦੇ ਟਾਇਰ ਖੁੱਬੇ ਹੋਏ ਆ, ਤਾਂ ਉਸ ਬਾਣ ਦੇ ਵਿੱਚ ਹੈਪੀ ਸੀਡਰ ਦੇ ਨਾਲ ਕੋਈ ਜ਼ਿਆਦਾ ਵਧੀਆ ਤੁਹਾਡੀ ਜਿਹੜੀ ਆ ਸੁਖਿਆਈ ਨਹੀਂ ਹੋਣੀ, ਤੁਹਾਨੂੰ ਪ੍ਰੋਬਲਮਾਂ ਆਉਣਗੀਆਂ। ਅਤੇ ਕਿਆਰੇ ਨੋਰਮਲ ਹੋਣ, ਜਿੰਨਾ ਕਿਸਾਨਾਂ ਦੇ 3-3 ਕਿੱਲਿਆਂ ਦੇ ਕਿਆਰੇ ਆ, 4-4 ਕਿੱਲਿਆਂ ਦੇ ਕਿਆਰੇ ਆ, 4.5 ਕਿੱਲੇ ਦੇ ਕਿਆਰੇ ਆ, ਤਾਂ ਉੱਥੇ ਸਮੱਸਿਆ ਵੱਧ ਆਉਂਦੀ ਹੈਗੀ ਆ। ਉੱਥੇ ਫਿਰ ਪਾਣੀ ਜ਼ਿਆਦਾ ਖੜਦਾ, ਪਹਿਲਾਂ ਪਾਣੀ ਸੁੱਕਦਾ ਨਹੀਂ, ਕਣਕ ਨੂੰ ਯੂਰੀਆ ਯੂਟੀਲਾਈਜੇਸ਼ਨ ਸਹੀ ਨਹੀਂ ਹੁੰਦਾ। ਹੈਪੀ ਸੀਡਰ ਦੀ ਕਣਕ ਦਾ ਝਾੜ ਘਟਣ ਵਾਸਤੇ ਯੂਰੀਆ ਚੰਗੇ ਤਰੀਕੇ ਨਾਲ ਕਣਕ ਨੂੰ ਨਾ ਮਿਲਣਾ ਵੀ ਇੱਕ ਕਾਰਨ ਹੈਗਾ, ਉਹ 'ਤੇ ਆਪਾਂ ਅੱਗੇ ਜਾ ਕੇ ਵੀਡੀਓ ਪਾਵਾਂਗੇ। ਅਤੇ ਜਿਹੜੇ ਵੀਰ ਵੀ ਕਹਿੰਦੇ ਆ ਵੀ ਹੁਣ ਮੁੱਢਾਂ ਦੇ ਵਿੱਚ ਤੇਲਾ ਖੜਾ ਗਾ, ਹੋਪਰ ਖੜਾ ਗਾ, ਅਤੇ ਇਹ ਕਣਕ ਨੂੰ ਖਾਵੇਗਾ, ਬੇਪਰਵਾਹ ਹੋ ਜਾਓ, ਠੰਡ ਆ ਗਈ ਰਾਤ ਦੀ, ਅਤੇ ਇਹਨੇ ਨਹੀਂ ਕੁਛ ਵੀ ਕਰਨਾ ਹੈਗਾ, ਇਹਨੇ ਆਟੋਮੈਟਿਕ ਮਰ ਜਾਣਾ ਹੈਗਾ। ਜਿਹੜਾ ਝੋਨੇ ਦੇ ਤੁਹਾਨੂੰ ਹਰੇ ਹਰੇ ਜੇ ਨਿਕਲੇ ਹੋਏ ਫੋਟਾਈਆਂ ਦਿਖਾਈ ਦੇ ਰਹੀਆਂ ਹੈਗੀਆਂ, ਇਹ ਵੀ ਸਾਰੀਆਂ ਪੀਲੀਆਂ ਹੋ ਕੇ ਖਰਾਬ ਹੋ ਜਾਣੀਆਂ। ਕਣਕ ਨੂੰ ਸੋਹਣਾ ਲੱਗਣ ਵਾਸਤੇ ਨਹੀਂ ਆਪਾਂ ਖੇਤ ਦੇ ਵਿੱਚ ਸਜਾਵਟ ਕਰਨੀ ਹੁੰਦੀ, ਆਪਾਂ ਨੇ ਕਣਕ ਤੋਂ ਝਾੜ ਲੈਣਾ, ਤੂੜੀ ਲੈਣੀ ਹੈ, ਦੋ ਹੀ ਚੀਜ਼ਾਂ। ਪਰਾਲੀ ਨੂੰ ਆਪਣੇ ਖੇਤ ਦੇ ਵਿੱਚ ਨੱਪ ਦੇਣਾ, ਰੂੜੀ ਪਾਉਣ ਦੀ ਲੋੜ ਨਹੀਂ ਹੈਗੀ। ਅਤੇ ਜਿੱਥੇ ਕਿਸਾਨ ਖੇਤ ਦੇ ਵਿੱਚੋਂ ਸਾਰੀ ਪਰਾਲੀ ਕੱਢ ਲੈਂਦੇ ਜਾਂ ਅੱਗ ਲਾ ਦਿੰਦੇ, ਅਤੇ ਬਾਅਦ ਦੇ ਵਿੱਚ ਰੂੜੀਆਂ ਪਾਉਂਦੇ ਫਿਰਦੇ ਆ, ਫਿਰ ਹਰੀ ਖਾਦ ਯੰਤਰ ਵਗੈਰਾ ਲਾਉਂਦੇ ਫਿਰਦੇ ਆ, ਮੂੰਗੀਆਂ ਲਾਉਂਦੇ ਫਿਰਦੇ ਆ, ਅਤੇ ਜਾਂ ਕੋਈ ਹੋਰ ਟ੍ਰੀਟਮੈਂਟ ਕਰਦੇ ਆ, ਪੋਟਾਸ਼ ਪਾਉਂਦੇ ਆ, ਮੈਗਨੀਸ਼ੀਅਮ ਪਾਉਂਦੇ ਆ, ਫਿਰ ਉਹ ਤਾਂ ਕੋਈ ਬੈਲੈਂਸ ਨਹੀਂ ਹੈਗਾ। ਉਹ ਇੱਕ ਗੱਲ ਹੀ ਹੈਗੀ ਆ ਵੀ ਇੱਕ ਪਹਿਲਾਂ ਜੇਬ ਦੇ ਵਿੱਚ 2 ਵਾਰੀ ਨੋਟ ਤੁਹਾਡੇ ਨਿਕਲ ਗਏ, ਖੇਤ ਦੇ ਵਿੱਚ ਤੁਹਾਡਾ ਡੀਜ਼ਲ ਦੀ ਕੰਜਪਸ਼ਨ ਵੀ ਵੱਧ ਗਈ, ਤਾਂ ਆਪਾਂ ਇੱਕ ਵਾਰੀ ਖੇਤ ਨੂੰ ਪੂਰੇ ਚੰਗੇ ਤਰੀਕੇ ਨਾਲ ਸਾਲ ਦੇ ਵਿੱਚ ਵਾਹੁਣਾ ਗਾ, ਅਤੇ 2 ਵਾਰੀ ਬੀਜਣਾ ਗਾ, ਇੱਕ ਵਾਰ ਝੋਨਾ ਲਾਉਣਾ ਹੈਗਾ, ਤਾਂ ਆਪਣੀ ਮੱਥਾ ਖਪਾਈ ਘੱਟਦੀ ਹੈ। ਜ਼ੀਰੋ ਟਿਲੇਜ ਦੇ ਨਾਲ ਹਮੇਸ਼ਾ ਹੀ ਜਿਹੜੀ ਜ਼ਮੀਨ ਦੀ ਔਰਗੈਨਿਕ ਸਟਰਕਚਰ ਆ ਉਹ ਗੁੱਡ ਹੁੰਦੀ ਹੈ। ਆਸ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ, ਅਤੇ ਹੋਰ ਕਿਸਾਨਾਂ ਨਾਲ ਜ਼ਰੂਰ ਸਾਂਝੀ ਕਰਿਓ।